सतगुर नाम एक लेव मन जपै दृढ़ तिन जन दुख पाप कहो कत हुवै जियो तारन तरन खिन मात्र जाको दृष्ट धारे शब्द रिद विचारे काम क्रोध खोवे जियो जियन सबन दाता अगम ज्ञान बिखयाता एहनस ध्यान धावे पलक ना सोवे जियो जाको देखत दरिद्र जावे नाम सो निदान पावे गुरमुख ज्ञान दुर्मत मैल धोवे जियो सत गुर नाम एक लेव मन जपै दृढ़ तिन जन दुख पाप कहो कत होवै जियो सत गुर नाम एक लेव मन जपै दृढ़ तिन जन दुख पाप कहो कत होवै जियो वाहिगुरु जी का खालसा वाहिगुरु जी की फतेह सतगुरु गरीब नवाज श्री गुरु ग्रंथ साहिब पातशाह जी दे
पाप पवित्र चरणा अंदर सुभायमान गुरु के प्यार थाले सत्संगी जनों आप जी लगातार धन गुरु रामदास साहब पिता जी दे पुस्तक दूसरे शब्दों धन गुरु नानक साहब जी की वड्याई तीसरे शब्दों निरंकार की अपनी वड्याई जो सतगुरां के रूप में की जा रही है वो है पट्टां दी सवाइयां दे राही 1398 अंग गुरु ग्रंथ साहिब पिता दा पट्टा ने अज अगले चार सवाइये विच एक बिने करा हुण भट्ट जी का नाम बदलिया है जिहड़े मेरे वीर भैन बजुर्ग बच्चे सतगुरां दी बाणी ध्यान नाल पढ़दे हन ਉਹ ਜਦੋਂ ਹੁਣ ਪਾਠ ਤਰਿਆ ਜੇ ਅਤੇ ਵੇਖਿਆ ਜੇ ਜਦੋਂ ਬਾਕੀ ਕੁਰਬਾਨੀ ਪੜ੍ਹਦੇ ਹਾਂ ਅਤੇ ਉੱਪਰੋਂ ਸਿਰਲੇਖ ਤੋਂ ਦਰਸ਼ਨ ਕਰੀ ਦੇ ਕਾਰਨ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਨਾਵਾਂ ਪਰ ਇੱਥੇ ਤਾਂ ਸਿਰਲੇਖ ਨਹੀਂ ਬਦਲਿਆ ਪਰ ਭੱਟ ਜੀ ਦਾ ਨਾਂ ਵੀ ਨਹੀਂ ਪਹਿਲੇ ਸਵਈਏ 'ਚ ਆਇਆ ਅਤੇ ਕਿਵੇਂ ਪਤਾ ਲੱਗੇ ਕਿ ਕਿਹੜੇ ਭੱਟ ਜੀ ਦੀ ਰਚਨਾ ਤੋਂ ਇਹ ਬਚਨ ਹਨ ਗੁਰੂ ਕੇ ਪਿਆਰਿਓ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਜਦੋਂ ਰਾਮ ਸਰ ਸਰੋਵਰ ਦੇ ਕਿਨਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਸੀ ਇਹੋ ਜਿਹਾ ਢੰਗ ਵਰਤਿਆ ਹੈ ਜਿਸ ਨੂੰ ਸਦਾ ਹੀ ਸਿਆਣੇ ਸੂਝਵਾਨ ਲੋਕ ਨਮਸਕਾਰ ਕਰਦੇ ਰਹਿਣਗੇ ਮਹਾਰਾਜ ਜੀ ਨੇ ਅੰਕ ਪਾਏ ਨੇ ਥੱਲੇ ਕਿਹੜੇ ਸਤਿਗੁਰਾਂ ਦੀ ਭਗਤਾਂ ਦੀ ਬਾਣੀ ਵਿੱਚ ਕਿਤਨੇ ਸ਼ਬਦ ਕਾਨ ਜੋੜ ਬਦਲਦਾ ਜਿਵੇਂ ਮਿਸਾਲ ਦੇ ਤੌਰ 'ਤੇ ਪਟ ਕੱਲ ਸਹਾਰ ਦੇ ਹੁਣ 13 ਸਵਈਆਂ ਦੀ ਗਿਣਤੀ ਚੱਲ ਰਹੀ ਸੀ 1, 2, 3, 4 13 'ਤੇ ਹੁਣ ਇੱਕਦਮ ਇਹ ਸਵਈਏ ਤੋਂ ਬਾਅਦ ਇੱਕ ਸ਼ੁਰੂ ਹੋ ਜਾਏਗਾ ਅਖੀਰ 'ਚ ਜਾ ਕੇ ਜਿੱਥੇ 16 ਸਵਈਏ ਸੰਪੂਰਨ ਹੋਣਗੇ ਉੱਥੇ ਗਿਣਤੀ 16 ਅਤੇ 13 ਜੋੜ ਕੇ ਫਿਰ ਲਿਖੀ ਹੈ ਪਿਆਰਿਓ ਦੂਸਰੀ ਗੱਲ ਕੱਲ੍ਹ ਇੱਕ ਸ਼ਬਦ ਹੋਰ ਆਏਗਾ 4 ਸਵਈਆਂ ਤੋਂ ਬਾਅਦ ਰੱਡ ਰੱਡ ਇੱਕ ਛੰਦ ਦੀ ਚਾਲ ਦਾ ਨਾਮ ਹੈ ਜਿਵੇਂ ਰਾਗ ਪੜ੍ਹੀ ਦੇ ਕਾਰਨ ਉਸੇ ਤਰ੍ਹਾਂ ਅੱਗੋਂ ਇੱਕ ਇਹ ਰਾਗਾਂ ਨਾਲ ਸੰਬੰਧਿਤ ਚਾਲ ਏ ਉਹਦੇ ਵਿੱਚ ਫਿਰ ਇੱਥੇ ਬੱਚੇ ਨੇ 4 ਤੋਂ ਬਾਅਦ ਪੈਣਗੇ 1, 5, 1, 6, 1, 7 ਮਤਲਬ ਵੀ ਚਾਲ ਵੀ ਬਦਲੀਏ ਸਵਈਆ ਉਸੇ ਭੱਟ ਦਾ ਉਹ ਵੀ ਗਿਣਤੀ ਰੱਖੇ ਅਤੇ ਛੰਦ ਦੇ ਵੀ ਵੱਖਰੇ ਨਾਲ ਦੱਸਿਆ ਬਾਅਦ ਵਿੱਚ ਜੋੜ ਕੀਤਾ ਸੋ ਭੱਟ ਨਲ ਜੀ ਦੀ ਰਚਨਾ ਤੋਂ ਪਹਿਲੇ ਸਨ ਭੱਟ ਕੱਲ ਸਹਾਰ ਜੀ ਜਾਂ ਭੱਟ ਕੱਲ ਜੀ ਇੱਕੋ ਹੀ ਭੱਟ ਦੇ ਨਾਮ ਏ ਇਹ ਹੁਣ ਭੱਟ ਨਲ ਜੀ ਇਹਨਾਂ ਨੇ ਧੰਨ ਗੁਰੂ ਰਾਮਦਾਸ ਪਿਤਾ ਜੀ ਦੇ ਦਰਸ਼ਨ ਕਰਾਉਣ ਲੱਗੇ ਹਨ ਅੱਜ ਅਸੀਂ ਦਰਸ਼ਨ ਕਰਾਂਗੇ ਇੱਕ ਤਾਂ ਸਤਿਗੁਰੂ ਦੇ ਨਾਮ ਦੀ ਵਡਿਆਈ ਦੂਸਰਾ ਦਰਸ਼ਨ ਕਰਾਂਗੇ ਧਰਮ ਦੇ ਕਰਮ ਕੇਵਲ ਸਤਿਗੁਰੂ ਵਾਸਤੇ ਬਣ ਕੇ ਆ ਸਕਦੇ ਨੇ ਪੂਰਨ ਸਤਿਗੁਰੂ ਤੋਂ ਬਗੈਰ ਅਕਲ ਨਾਲ ਧਰਮ ਦੇ ਕਰਮ ਨਹੀਂ ਕੀਤੇ ਜਾ ਸਕਦੇ ਉਹ ਮਹਾਰਾਜ ਅਕਲ ਦੇਂਦੇ ਕਰਨ ਤੀਜਾ ਗੁਰੂ ਕੇ ਪਿਆਰਿਓ ਜਦੋਂ ਨਾਮ ਅਤੇ ਸਤਿਗੁਰੂ ਦੇ ਧਰਮ ਕਰਮ ਵਿੱਚੋਂ ਜਿਹੜੀਆਂ ਬਖਸ਼ਿਸ਼ਾਂ ਮਿਹਰਾਂ ਹੁੰਦੀਆਂ ਨੇ ਉਹਨਾਂ ਨੂੰ ਵੇਖ ਕੇ ਉਹਦੇ ਲਈ ਸ਼ਬਦ ਕੁਛ ਨਹੀਂ ਬਣਦੇ ਵੀ ਸ਼ੁਕਰ ਕਰੀਏ ਅਤੇ ਕਿਵੇਂ ਕਰੀਏ ਉਹ ਸ਼ੁਕਰਾਨੇ ਵਜੋਂ ਗੁਰੂ ਤੋਂ ਕੁਰਬਾਨ ਕਿਵੇਂ ਖੁੰਦੀਆਂ ਨੇ ਆਤਮਾਵਾਂ ਅਤੇ ਚੌਥਾ ਬਚਨ ਇਹ ਭਾਈ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਰਾਜਾ ਯੋਗ ਹੀ ਕਰਨ ਰਾਜ ਯੋਗ ਇਸ ਧਰ ਦਾ ਕਿਵੇਂ ਵਰਤ ਰਿਹਾ ਏ ਆਪਾਂ ਸੁਣਾਂਗੇ ਲਗਾਤਾਰ ਆਓ ਪਹਿਲਾਂ ਸਾਰੀ ਸੰਗਤ ਬੜੇ ਪਿਆਰ ਅਦਬ ਨਾਲ ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਸੁਰਤ ਜੋੜ ਉਹਨਾਂ ਦਾ ਪਿਆਰਾ ਨਾਮ
ਉਹਨਾਂ ਦੇ ਚਰਨਾਂ 'ਚ ਸਿਜਦਾ ਕਰੋ ਤੇ ਰਸਨਾ ਤੁਕੋ ਸਾਰੇ ਜੀ। ਧੰਨ 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 ਗੁਰੂ ਰਾਮਦਾਸ ਜੀ, ਧੰਨ 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 ਗੁਰੂ ਰਾਮਦਾਸ ਜੀ, ਧੰਨ ਧਰਤੀ ਵਡਿਆਈ ਗੁਰੂ ਕੇ ਪਿਆਰੇ ਉਹ ਜਿਹੜੀ ਸਭ ਤੋਂ ਮੂਲ ਵਡਿਆਈ ਹੈ, ਇੱਕ ਗੁਣ ਹੈ, ਇਹਨੂੰ ਫਿਰ ਨੋਟ ਕਰੋ। ਜੇ ਇਹ ਗੁਣ ਨਾ ਹੋਏ ਤਾਂ ਇਹ ਸਿੱਖ ਦੀ ਜਾਂ ਧਰਮ ਦੀ ਮਜ਼ਹਬ ਦੀ ਕੋਈ ਕੀਮਤ ਨਹੀਂ। ਇਹ ਜਿਹੜੀ ਗੱਲ ਅੱਜ ਹੋਣ ਲੱਗੀ ਹੈ ਪਿਆਰਿਓ, ਭੱਟ ਜੀ ਦੱਸਣ ਲੱਗੇ, ਇੱਕੋ ਗੁਣ ਕਰਕੇ ਸਾਰੇ ਜਗਤ ਨਾਲੋਂ ਤੁਸੀਂ ਵੱਖਰੇ ਅਤੇ ਉੱਚੇ ਹੋ ਜਾਂਦੇ ਹੋ। ਜੇ ਉਹ ਗੁਣ ਨਾ ਹੋਇਆ ਫਿਰ ਭਾਵੇਂ ਸਾਡੇ ਨਾਮ ਨਾਲ ਸਿੰਘ ਅਤੇ ਕੌਰ ਲੱਗੇ, ਭਾਵੇਂ ਸਾਡੀ ਗਿਣਤੀ ਵੱਧੇ ਜਾਂ ਘੱਟੇ, ਉਹਦੀ ਕੀਮਤ ਕੋਈ ਨਹੀਂ। ਉਹ ਕਿਹੜੀ ਚੀਜ਼ ਹੈ? ਆਓ ਪਿਆਰ ਨਾਲ ਸਵਈਏ ਨੇ ਨਾ ਸਵਈਆਂ ਦੀ ਇਹ ਪੰਕਤੀਆਂ ਲੰਬੀਆਂ ਹੁੰਦੀਆਂ, ਪਾਠ ਕਰਨਾ ਥੋੜ੍ਹਾ ਔਖਾ ਵੀ ਲੱਗਦਾ ਏ, ਵਿਸ਼ਰਾਮ ਜਮ ਕੇ ਠਮ ਕੇ ਨਾ ਸਹੀ ਲੱਗੇ ਅਤੇ ਪਿਆਰਿਓ ਮੁਸ਼ਕਲ ਹੁੰਦੀ ਏ, ਤਾਂ ਹੀ ਉਸਤਾਦਾਂ ਕੋਲ ਜ਼ਰੂਰ ਬੈਠ ਕੇ ਸੰਥਿਆ ਲੈਣੀ ਬਣਦੀ ਹੈ। ਖਾਸ ਕਰ ਸਲੋਕ ਸਹਿਸਕ੍ਰਿਤੀ, ਭੱਟਾਂ ਦੇ ਸਵਈਏ, ਹੋਰ ਮਹਿੰਗੀ ਬਾਣੀ ਭਾਵ ਜਿਹਦਾ ਪਾਠ ਕਰਨਾ ਮੁਸ਼ਕਲ ਜਾਪਦਾ, ਲੈਣੀ ਤਾਂ ਸਾਰੀ ਸੰਥਿਆ ਏ ਪਰ ਇਹਨਾਂ ਦੀ ਵਿਸ਼ੇਸ਼ ਸੁਣੋ ਪਿਆਰ ਨਾਲ ਭੱਟ ਨਾਲ ਜੀ। ਅੱਜ ਉਸ ਗੱਲ ਵੱਲ ਧਿਆਨ ਦਿਵਾਉਣ ਲੱਗੇ ਹਨ ਜਿਹਦੇ ਨਾਲ ਸਾਡੇ ਰੱਬ ਦੇ ਘਰ ਨਾਲ ਵੀ ਸਾਂਝ ਪੈਂਦੀ ਹੈ ਅਤੇ ਜ਼ਿੰਦਗੀ ਦੇ ਤਮਾਮ ਮਸਲੇ ਹੱਲ ਹੁੰਦੇ ਹਨ, ਜਿਹਦੇ ਨਾਲ ਅਸੀਂ ਸਾਰੇ ਜਗਤ ਤੋਂ ਉੱਚੇ ਅਤੇ ਪਿਆਰਾਂ ਵਾਲੇ ਬਣ ਜਾਂਦੇ ਹਾਂ। ਜੇ ਉਹ ਨਾ ਹੋਏ ਤਾਂ ਸਭ ਤੋਂ ਤਿਰਕਾਰੇ ਅਤੇ ਗੁਰੂ ਕੇ ਪਿਆਰੇ ਨਫ਼ਰਤ ਵਾਲੇ ਬਣਦੇ ਹਾਂ। ਉਹ ਕੀ ਬਚਨ ਕਰਨ? ਸਤਿਗੁਰੂ ਜੀ ਦੇ ਬਚਨਾਂ ਰੇ ਪੱਟ ਜੀ ਬਹੁਤ ਪਿਆਰ ਨਾਲ ਦੱਸ ਰਹੇ ਕਰਨ। ਵਾਹਿਗੁਰੂ ਸਾਹਿਬ ਜੀ, ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ। ਇੱਕ ਕਹਿ ਵੀ ਸਾਰੀ ਦੁਨੀਆ ਦੀ ਹਰ ਚੀਜ਼ ਦਾ ਕੋਈ ਨਾ ਕੋਈ ਨਾਂ ਰੱਖਿਆ ਹੋਇਆ ਹੈ, ਉਸ ਨਾਂ ਤੋਂ ਉਸ ਵਿਅਕਤੀ ਦੀ ਉਹ ਚੀਜ਼ ਦੀ ਪਛਾਣ ਹੁੰਦੀ। ਦੁੱਧ ਕਿਹਾ ਇੱਕ ਨਾਂ ਇਹਦਾ, ਅਤੇ ਦੁੱਧ ਵਸਤੂ ਦਾ ਗਿਆਨ ਹੋਇਆ। ਕੋਈ ਬਿਲਡਿੰਗ ਦਾ ਨਾਮ ਏ, ਚੰਦਰਮਾ ਏ, ਸੂਰਜ ਏ, ਕੋਈ ਆਦਮੀ ਦਾ ਨਾਮ ਏ, ਉਸ ਨਾਮ ਦੇ ਪਿੱਛੇ ਉਹਦੀ ਹਸਤੀ ਹੈ। ਇੱਥੇ ਬਚਨ ਹੀ ਸਾਹਿਬ ਕਹਿੰਦੇ, ਭੱਟ ਜੀ ਕਹਿੰਦੇ, ਜਿਹੜਾ ਸਤਿਗੁਰੂ ਦੇ ਘਰੋਂ ਨਾਮ ਮਿਲਦਾ ਹੈ ਨਾ, ਪਹਿਲਾਂ ਸਤਿਗੁਰੂ ਆਪ ਦਿੰਦੇ ਸਨ, ਫਿਰ ਪੰਜ ਪਿਆਰਿਆਂ ਨੂੰ ਅਧਿਕਾਰ ਦਿੱਤਾ ਨੇ ਵੀ ਤੁਸੀਂ ਨਾਮ ਦੇ ਸਕਦੇ ਹੋ, ਕੋਈ ਇਕੱਲਾ ਵਿਅਕਤੀ ਨਾਮ ਨਹੀਂ ਦੇ ਦੇਗਾ। ਪਿਆਰਿਓ ਕਹਿੰਦੇ, ਜਿਹੜਾ ਅਕਾਲ ਪੁਰਖ ਦੇ ਘਰੋਂ ਨਾਮ ਲਿਆ ਕੇ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ ਏ, ਜਿਹੜਾ ਇਸ ਨਾਮ ਨੂੰ ਭਰੋਸੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਦੋ ਗੱਲਾਂ ਜੇ ਭਰੋਸੇ ਨਾਲ ਦ੍ਰਿੜ ਕਰੇ,
दूसरा एकाग्र मन नाल जप लवे। कहिंदे उस तिस जन उस सेवक दे जिंदगी दे अंदर दुख किथे रह जाणगे। ਇਹ ਨਹੀਂ ਨੇ ਕਿਹਾ ਦੁੱਖ ਦੂਰ ਹੋਣਗੇ। ਕਹਿੰਦੇ ਦੁੱਖ ਪਾਪ ਕਹੋ ਕਤ ਹੋਵੇ ਜੀਓ, ਉਹਦੀ ਜ਼ਿੰਦਗੀ 'ਚ ਦੁੱਖ ਅਤੇ ਪਾਪ ਕਿੱਥੋਂ ਫਿਰ ਆ ਜਾਣਗੇ। ਪਿਆਰਿਓ ਇਹ ਸ਼ਬਦ ਜਿਹੜਾ ਗੌਰ ਨਾਲ ਸੁਣੋ, ਸਤਿਗੁਰੂ ਕੀ ਕਹਿ ਰਹੇ ਨੇ। ਜਗਤ ਸਮਝਦਾ ਏ ਵਾਹਿਗੁਰੂ ਵਾਹਿਗੁਰੂ ਕਹਿਣਾ ਤੋਤਾ ਰੱਟੇ ਨੇ। ਜਗਤ ਇਹ ਸਮਝਦਾ ਅਣਜਾਣ ਭਈ ਸ਼ਾਇਦ ਵਾਹਿਗੁਰੂ ਕਹਿ ਲਿਆ ਗੁਰੂ ਤੇ ਤੋਂ ਬਗੈਰ ਲੈ ਤੋਈ ਅਤੇ ਇਹਦੇ ਨਾਲ ਵੀ ਕੰਮ ਬਣ ਜਾਏਗਾ। ਨਹੀਂ, ਭੱਟ ਜੀ ਕਹਿੰਦੇ ਨੇ ਗੁਰੂ ਸਤਿਗੁਰੂ ਦੇ ਇਹ ਨਾਮ ਉਹ ਹੋਵੇ ਅੰਦਰ ਭਰੋਸਾ, ਇਕਾਗਰ ਮਨ ਨਾਲ ਜਦੋਂ ਜਪੀਏ ਦੁੱਖ ਅਤੇ ਪਾਪ ਉਤਰ ਜਾਂਦੇ। ਜੇ ਮੇਰੀ ਕੌਮ ਪੂਰੀ ਜਿਹੜੇ ਜਿਨ੍ਹਾਂ ਦੇ ਦਾਅਵੇ ਨੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੂੰ ਕਹਿੰਦੇ ਅਸੀਂ ਕੇਵਲ ਗੁਰੂ ਸਾਹਿਬ ਮੰਨਦੇ ਹਾਂ, ਕਿਸੇ ਹੋਰ ਨੂੰ ਨਹੀਂ ਮੰਨਦੇ। ਜੇ ਸੱਚੀ ਮੁੱਚੀ ਜਿਹੜੇ ਬੰਦੇ ਜਾਂ ਵੀਰ ਭੈਣ ਇਹ ਗੱਲ ਕਹਿੰਦੇ ਹਨ, ਉਹ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਬਚਨ ਸੁਣਨ। ਮਹਾਰਾਜ ਕਹਿੰਦੇ ਨੇ ਖੁਦ ਗੁਰੂ ਰਾਮਦਾਸ ਸਾਹਿਬ ਪਿਤਾ ਜੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਪੰਕਤੀ ਨੂੰ ਪੜ੍ਹਨ ਲੱਗਿਆਂ ਕਾਹਲੀ ਨਾ ਕਰਨਾ, ਪੰਕਤੀ ਨੂੰ ਸੁਣਨ ਵਿੱਚ ਆਪਣੀ ਸੁਰਤ ਲੈ ਜਾਓ ਥੋੜ੍ਹਾ ਚਿਰ। ਸਾਹਿਬ ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਜਿਹੜੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਸਤਿਗੁਰੂ ਨੂੰ ਮੰਨਦੇ ਹਾਂ, ਅਤੇ ਸਾਹਿਬ ਕਹਿੰਦੇ ਜੇ ਸਾਨੂੰ ਮੰਨਦੇ ਹੋ ਨਾ ਤਾਂ ਅੰਮ੍ਰਿਤ ਵੇਲੇ ਉੱਠ ਕੇ ਨਾ ਤੁਸੀਂ ਇੱਕ ਕੰਮ ਕਰਿਆ, ਜੇ ਤੁਸੀਂ ਨਾਮ ਜਪਿਆ ਜੇ, ਉਦਮ ਕਰੇ ਭਲਕੇ ਪ੍ਰਭਾਤੇ, ਇੱਕ ਨਾਮ ਦੂਜਾ ਅੰਮ੍ਰਿਤ ਵੇਲਾ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਆਪਣੇ ਅੰਦਰ ਨਾਣਾ। ਹੁਣ ਜਿਹੜਾ ਬੰਦਾ ਕਹਿੰਦਾ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਵੀ ਮੰਨਦਾ, ਗੁਰੂ ਸਾਹਿਬ ਕਹਿੰਦੇ ਠੀਕ ਹੈ ਤੂੰ ਮੇਰਾ ਸਿੱਖ ਹੈ, ਨਾਮ ਜਪਿਆ ਕਰ, ਅਤੇ ਜਿਹੜਾ ਵਿਅਕਤੀ ਨਾਮ ਜਪਦਾ ਨਹੀਂ ਅਤੇ ਫਿਰ ਆਖਦਾ ਮੈਂ ਸਿੱਖ ਹਾਂ ਪੱਕਾ, ਮੇਰੇ ਅੰਦਰ ਪੰਚ ਦਾ ਦਰਦ ਹੈ, ਮੇਰੇ ਅੰਦਰ ਕੌਮ ਦੀ ਚੜ੍ਹਦੀ ਕਲਾ ਲਈ ਬੜੇ ਭਾਵ ਨੇ, ਜਾਂ ਪਿੱਟਣੇ ਪਿੱਟਦੇ ਰਹਿੰਦੇ ਬਹਿ ਕੇ ਮੀਟਿੰਗਾਂ ਕਰ ਕਰਕੇ ਪੰਚ ਦਾ ਕੀ ਬਣੇਗਾ, ਖੁਦ ਨਾਮ ਜਪਿਆ ਨਹੀਂ ਪੰਚ ਵਿੱਚ ਤਾਂ ਤੂੰ ਖੁਦ ਰੁਕਾਵਟ ਬਣਿਆ, ਹੋਰ ਕਿਸੇ ਦੀ ਕਿਉਂ ਗੱਲ ਕਰਦਾ ਹੈ। ਗੁਰੂ ਕੇ ਪਿਆਰਿਓ ਸੋਚੋ ਜਰਾ, ਕੌਮ ਸਤਿਗੁਰਾਂ ਨੇ ਸਿਰਜੀ ਸੀ ਨਾਮ ਰੱਬ ਦਾ ਦੇ ਕੇ, ਇਹਦੇ ਵਿੱਚੋਂ ਦੁੱਖ ਅਤੇ ਪਾਪ ਜ਼ਿੰਦਗੀ 'ਚ ਮੁੱਕਣੇ ਸਨ ਸਾਡੇ, ਅਸੀਂ ਜਗਤ ਦੇ ਮੁਕਾਣੇ ਸਨ, ਅਤੇ ਅੱਜ ਕੌਮ ਹੌਲੀ ਹੌਲੀ ਬਾਹਰ ਮੁਖੀ ਖੋ ਗਏ, ਪੜ੍ਹਿਆ ਲਿਖਿਆ ਦੇ ਮਗਰ ਲੱਗ ਗਏ। ਉਹ ਪੜ੍ਹਾਈ ਜਿਹੜੀ ਰੱਬ ਤੋਂ ਦੂਰ ਕਰਦੀ ਹੈ, ਇੱਕ ਉਹ ਸੀ ਜਿਹੜੀ ਸਤਿਗੁਰੂ ਕਹਿੰਦੇ ਬਾਹਰੋਂ ਵੀ ਪੜ੍ਹੋ ਤਾਂ ਕਿ ਅੰਦਰ ਨਾਮ ਪੜ੍ਹਿਆ ਹੋਏਗਾ, ਪੜ੍ਹਿਆ ਨੂੰ ਪੜ੍ਹਿਆ ਦੀ ਬੋਲੀ 'ਚ ਨਾਮ ਦੀ ਖੁਸ਼ਬੂ ਤੁਸੀਂ ਦੇ ਸਕੋਗੇ, ਅਨਪੜ੍ਹਾਂ ਨੂੰ ਉਸ ਉਹਨਾਂ ਦਾ ਵੀ ਵਧੇਰੇ ਭਲਾ ਕਰ ਸਕੋਗੇ। ਹੋਇਆ ਕਿ ਸਾਧ ਸੰਗਤ ਅਸੀਂ ਦੁਨੀਆ ਮਗਰ ਲੱਗ ਗਏ, ਕਿਸੇ ਨੇ ਕਹਿਣਾ ਸ਼ੁਰੂ ਕਰਤਾ ਐਡਵਾਂਸ ਮੁਲਕਾਂ 'ਚ ਆ ਗਏ ਹਾਂ, ਕੋਈ ਕਹਿੰਦਾ ਉਦੋਂ ਲੋੜ ਸੀ ਗੁਰੂ ਗੋਬਿੰਦ ਸਿੰਘ ਪਿਤਾ ਦੇ ਉਪਦੇਸ਼ ਦੇ, ਹੁਣ ਜ਼ਮਾਨਾ ਅੱਗੇ ਲੰਘ ਗਿਆ ਅਤੇ ਕੁਝ ਸਾਡਾ ਟੋਲਾ ਉਹ ਰਲ ਪਿਆ ਏ ਜਿਹੜਾ ਇਹ ਕਹਿੰਦਾ ਅੰਮ੍ਰਿਤ 'ਤੇ ਛਕਣਾ ਠੀਕ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਪਰ ਭੁੱਲ ਕੇ ਕਿਧਰੇ ਵਾਹਿਗੁਰੂ ਨਾ ਕਰ ਲਿਆ ਜਾਏ। ਉਹ ਕੁਰੇ ਨਾਮ ਦੀ ਕੀ ਪਰਿਭਾਸ਼ਾ ਦਿੰਦੇ ਨੇ, ਤੋੜ ਮਰੋੜ ਕੇ ਹੁਕਮ 'ਤੇ ਖੋ ਰਿਹਾ ਸਿੱਧਾ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ, ਤੁਸੀਂ ਸਾਰੇ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਹੋ, ਕੌਮ ਪੰਚ ਦੀ ਗੱਲ ਨਹੀਂ ਸਾਡੀ ਆਪਣੀ ਗੱਲ ਹੈ ਹਰ ਵਿਅਕਤੀ ਦੀ। ਸਤਿਗੁਰੂ ਜੀ ਕਹਿੰਦੇ ਜੇ ਬੰਦਾ ਨਾਮ ਨਹੀਂ ਜਪਦਾ ਤਾਂ ਉਹਦੀ ਹਾਲਤ ਕੈਸੀ ਹੈ, ਕਹਿੰਦੇ ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਕੂਨ ਸੋਨੇ ਸੇ ਮੁਖਾ। ਜਿਵੇਂ ਦਾਣੇ ਜਦੋਂ ਫਸਲ ਹੁੰਦੀ ਹੈ, ਗੁਰੂ ਕੇ ਪਿਆਰੇ ਵਿੱਚ ਦਾਣੇ ਨਾ ਹੋਣ ਇਕੱਲਾ ਫੋਕ ਹੋਵੇ ਉਹਦੀ ਕੋਈ ਕੀਮਤ ਹੈ? ਕਹਿੰਦੇ ਤੁਸੀਂ ਜਿੰਨੇ ਮਰਜ਼ੀ ਕੰਮ ਹੋਰ ਚੰਗੇ ਕਰ ਲਓ, ਜੇ ਨਾਮ ਨਹੀਂ ਤਾਂ ਸਮਝੋ ਦਾਣਾ ਨੇ, ਮੰਡੀ ਵਿੱਚ ਲੈ ਜਾਓ ਤੇ ਫੋਕ ਉਹ ਦਾਣਿਆਂ ਦੇ ਭਾਅ ਨਹੀਂ ਜੇ ਵਿਕਣੇ, ਕਿਸੇ ਨੇ ਉਹਦਾ ਮੁੱਲ ਨਹੀਂ ਪਾਉਣਾ, ਉਹਦੇ ਦੇ ਵਿੱਚ ਦਾਣੇ ਕੋਈ ਨਹੀਂ, ਮੁੱਲ ਦਾਣਿਆਂ ਦਾ ਹੈ। ਕਹਿੰਦੇ ਨਾਮ ਤੋਂ ਬਗੈਰ ਤੁਹਾਡਾ ਮੁੱਖ ਸਦਾ ਸੁੰਜਾ ਹੀ ਰਹਿਣਾ। ਫਿਰ ਅੱਗੇ ਬਚਨ ਕਰਦੇ ਨੇ, ਕਹਿੰਦੇ ਨਾਮ ਬਿਨਾਂ
नाई मुख भाग परत बिखू कहां सुखाग। नाम तो बगैर भाग बनते ही नहीं। तो जिहड़ा बंदा कह रहा मैं गुरु साहब नूं भी मानदा ते नाम नहीं जपदा उन्हूं गुरु साहब के बचन नहीं सुनते। महाराज जी कहिंदे प्यारिया देख नाम तो बगैर भाग नहीं बनने। जिवें जे पति नहीं तो सुहागवंती किवें खो गई। जे सिक्का तू गुरु का हुक्म ही नहीं मनिया तो तू सिख किवें अकवाएगा। भाई वीर सिंह ने 1907 फिर 27 47 बहुत सारे लेख लिखे। कह लगे कौम बाहरों तरक्की कर लगी जे बाकियां तो बचा के जेडे बाकी खमलावर सन। तो कह लगे अंदरों खाली होंगी जा रही नाम तो होर ही गलों में पै गए। कर प्रोफेसर पूरन सिंह लिखता है नाम तो सिमरन तो बगैर आत्मा जाग नहीं सकती। तो जागी हुई आत्मा तो बगैर पंच पंच कूकना कौम का कौम कौम कूकना केंद्र बेमैना यदा कोई अर्थ नहीं भला नहीं होना। असी कोई वक्रा मजहब कुछ बंदियां दा कट्ठा वक्रा थोड़ा जगत नालों करना है। साहब वक्रा करते नहीं रब नाल जुड़ के वक्रे होवो। वो वक्रे वो नहीं जिवें दुनिया वक्री होंदी उहनां विच नफरत है। जदों असी रब नाल जुड़ के वक्रे होवांगे ना साडी वक्रता की है। सुनो गुरु रामदास साहब पिता जी बचन करते ने साहब कहिंदे लोकी सौणगे तुसी अमृत वेले उठ के नाम जपोगे तुहाडी ओ वखरा पाने। लोकी मड़ियां मसाटां कोलों दातां मंगणगे तुसी एक रब कोलों मंगोगे तुसी वखरे हो। दुनिया केवल अपने लिए सोचेगी परिवार लई। तुसी लंगर ला के कुल दुनिया नूं सद्दा दिओगे तुसी वखरे हो गए। दुनिया ते पीड़ा पवे ओ धर्म बदलदी खै पर तुहाडे ते पीड़ा पावे अपने ते पवे ते पावे दूसरे ते पवे उहदे बचाण लई तुसी पीड़ा अपने ते कष्ट सह के भी अपना धर्म संभाल के रखोगे। गुरु सवारियो जदों इधरों असी दूर होवांगे नाम तो ते साडा केवल शरीर नाल ही जुड़ेगा सिंह ते कौर। अंदरों गुरु की कला ते शक्ति नहीं वरतनी। ओ शक्ति कदों वरतेगी जदों आपां सारे मिल के यही कहांगे की कहना आपको मिल के जे वाहे गुरु 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 वाहे गुरु। ध्यान अपना अंदर वाल खिंच के वाहेगुरु अंदर ने असमाना ते ने जा चार फेरे ने फिर आखो वाहे गुरु 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 वाहे गुरु
दुख भंजन तेरा नाम जी दुख भंजन 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 तेरा नाम जी दुख भंजन 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 तेरा नाम जी दुख भंजन मिनट होर दुखा नु तोड़ लईए हुण मिल के आखो वाह गुरु 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 दुख भंजन तेरा नाम जी दुख भंजन दुख भंजन तेरा नाम जी दुख भंजन दुख भंजन तेरा नाम जी दुख भंजन तेरा नाम जी दुख भंजन भट नल जी कृपा करके आखरे ने पाई सतगुर नाम एक लेव मन जपै दृढ़ निश्चा करके एक लेव जोड़ के जपांगे होएगा कि गुरु के प्यारू इहदे नाल तीन जन दुख पाप कहो कतको पै जियो कहिंदे किच्छे रहणगे तुहाडे दुख ते पाप नहीं रहणगे कितना फिकर है कितना सौखा ढंग ओ नहीं अपनांदा मन होर किन्ने किन्ने औखे कर्म करन नूं तैयार है हल वाहुंदा जिमींदार ये वाहिगुरु कह सकदा है ट्रक ते टैक्सी वाल अवीर ड्राइविंग करदिआं तुसीं घर तों गुरु घर आउंदिआं काम ते जांदिआं बीबा रोटी पकांदिआं किच्छे वे जिथे साहब कहिंदे ये वाहिगुरु नहीं कहा जा सकता साहबां ने कोई पाबंदी नहीं लाई बच्चा बुढ़ा उठद्या बैठद्या कहिंदे हर वक्त आ शब्द कोल रखी ते दुख ते पाप असीं तेरे नेड़े नहीं आउण दिआंगे
इस तो बाद गरंटी सतगुरु और की देन प्रतख वरत के आख रहे ने पट जी कृपा करके साडा ध्यान उस नाम पर खिचर कन तारन तरन खिन मात्र जाको दृष्ट धारे शब्द पलक ना सोवे जियो तारन तरन खिन मात्र जाको दृष्ट धारे शब्द रिद विचारे काम क्रोध खोवे जियो। दूसरी पंक्ति जिन्हां ते फिर ना जदो को नाम जपदा है ते सतगुरु फिर उन्हां ते दृष्टि पांदे ने। सिरे इक बचन आया सी उपनामा साहिब अंदर कहिंदे वाहिगुरु जी कहिंदे असी दया उन्हां ते करदे आ, दया करणम दुख हरणम, असी कृपा दया उन्हां ते करदे आ दुख हरने नी दया नाल, ते कहिंदे सी दया उन्हां ते करदे जिहड़े उचरणम नाम कीर्तन है, जिहड़े नाम जपदे ने ना उह गली च आ गए असी दया करदे। इत्थे वी उह बचन आ गया कहिंदे जदों नाम जपदा ना कोई उन्हां ते असी दृष्टि पाने आ, ते तारन तरन असी उन्हां नूं नाम दे बेड़े च बिठा के पार करदे आ, उन्हां दे अंदर गुरु शब्द दा वासा होण लग पैंदा जप जप के। शब्द ज्यों ज्यों अंदर जांदा गुरु दा त्यों त्यों काम क्रोध लोभ मोह अहंकार जिहड़े ने ना अंदरों गुप्त हो जांदे भजदे जांदे कन। जियन सबन दाता अगम ज्ञान विख्याता, कहन लगे सारे जीवन दा दाता ही सतगुरु परमेश्वर अगम ज्ञान विख्याता। ओ ज्ञान जिहड़ा मन इंद्रियां तो परे दा ज्ञान ए रब्बे उस नूं प्रगट करदे कन। अहनस ध्यान धावे पलक ना सोवे जियो, रामदास है पिता जी दिन रात उस रब दा ध्यान धरदे कन। प्यारियो ते पलक भी रब वल्लों सौंदे नहीं, कहिंदे इसे तरह आपा ने दिन रात गुरु के प्यारियो ध्यान करना, उहदे ध्यान विच सुरती विच ओ होवे, पाठ विच तावे अर्थां विच त्यावे भाव उहदा, भई उहनूं सिमरना। ते सिमरना कहिंदे इह नहीं कदे कदे अहनस दा अर्थ हुंदा दिन रात उस नूं ध्याउणा, कदे भी उहदे वल्लों गाफल ना होणा। जिवें हुकमे साहिब कहिंदे दिन रातियां रा दो प्यारे निमक ना की जै टीला, दिन ते रात अरादो एक निमक भी उहदे वल्लों ढिल ना करनी, क्योंकि तुसीं एडा वड्डा काम कराना चाहते दुख ते पाप, सारा जगत पीड़िया पिया दुखां नाल। महाराज कहिंदे जी आ बचन मन लो ते फिर कदे भी उह पीड़ा नेड़े नहीं आएगी। जा कौ देखत दरिद्र जावे नाम सो निदान पावे, जदों कोई गुरु रामदास दे पिता दे दर्शन करदे ना उहदे द्वारे ते, कहिंदे उहनूं नाम दा खजाना ही सतगुरु देई जांदे। अज वी वेखो ना जदों कोई दर्शन करन जांदा इकदम उहदे अंदर नाम चल पैंदा है, जिहनूं समझ वी नहीं आउंदी उहदे अंदर भी उह नाम कई रूप बना के सुख दिंदा, ते उह कहिंदा है मैनूं जो कुछ इत्थों मिलिया होर किधरों नहीं मिलदा। गुरमुख ज्ञान दुरमत मैल धोवे जियो, सतगुरां दे मुख तो निकलिया आत्म ज्ञान भाई साडे अंदर दी मैल जिहड़ी मन को लगी जन्मां जन्मात्रां दी उहनूं धो दिंदा कै। सतगुर नाम एक लिव मन जपै दृढ़, सतगुरु दा नाम पाई निश्चे नाल इक मन हो के जड़ा जपदा खै। तिन जन दुख पाप कहो कत होवै जियो, उन्हां जना नूं पाई दुख ते पाप तुसी दसो किथों आ जाएगा। सो हुकम है सानू गुरु के प्यारियो, सतगुरु जी इक वार नहीं बार बार करदे ने ना, कहिंदे जपो तै को नाम जपो तै को नाम जपो तै को नाम जपो
दूसरा सवैया च वेख्या जे भावें बचन सतगुरु गुरु नानक साहब जी की रचना तो कौन ते भावें कलगियां वाले दे भावें भट्टां दी बाणी ते भावें भगतां दी बोलदा इक्को ही रब जे बोलदा इक्को ही सतगुरु जे ये जिन्हां नूं कख सोझी नहीं रब दे घर दे ਉਹ ਇਹੋ ਜਿਹੇ ਪੰਗੇ ਕੌਮ 'ਚ ਖੜ੍ਹੇ ਕਰਨਗੇ ਮੁਸੀਬਤਾਂ ਇਹ ਬਚਨ ਭੱਟਾ ਨੇ ਕਿਹਾ ਹੈ ਇਹ ਗੁਰੂ ਸਾਹਿਬ ਨੇ ਨਹੀਂ ਕਿਹਾ ਵਾਸਤਾ ਤੁਸੀਂ ਤਾਂ ਨਾ ਸੁਣਿਆ ਕਰੋ ਸੰਗਤ ਜੀ ਇਹ ਸ਼ਬਦ ਤੁਸੀਂ ਹੋਰ ਉਦਾਚਟਾ ਕਹਿੰਦੇ ਹਾਂਜੀ ਇਹ ਸਵਾਲ ਸਨ ਮੇਰੇ ਕੁਛ ਤੁਹਾਡੇ ਅੰਦਰ ਇਹ ਗੱਲ ਕਿਵੇਂ ਨਿਕਲਦੀ ਪਈ ਬਚਨ ਭੱਟਾਂ ਦਾ ਅਤੇ ਭਗਤਾਂ ਦਾ ਏ ਨਾਲੇ ਤਾਂ ਕਹਿੰਦੇ ਹੋ ਪੂਰੇ ਧੰਨ ਗੁਰੂ ਗ੍ਰੰਥ ਸਾਹਿਬ ਮੇਰੇ ਗੁਰੂ ਨੇ ਅਤੇ ਅਸੀਂ ਕਿਉਂ ਵੱਖ ਵੱਖ ਕਰਕੇ ਵੇਖੀਏ ਸਾਡਾ ਤਾਂ ਰੱਬ ਬੋਲਦਾ ਹੈ ਸਾਡੇ ਤੇ ਸਤਿਗੁਰੂ ਜੀ ਦੇ ਬਚਨ ਨੇ ਇਹ ਵੱਖਰੇ ਨਾਂ ਦੱਸੇ ਨੇ ਸਾਡੇ ਭਲੇ ਲਈ ਵੀ ਰੱਬ ਕਿੱਥੋਂ ਕਿੱਥੋਂ ਦੀ ਹੋ ਕੇ ਆਪਣਾ ਬਚਨ ਕਿਵੇਂ ਕਰ ਰਿਹਾ ਹੈ ਅਸੀਂ ਫਿਰ ਵੱਖਰੇ ਵੱਖਰੇ ਹੋ ਕੇ ਆਪੋ ਜੇ ਸਵਾਲ ਸਿੱਖਾਂ ਨੂੰ ਨਹੀਂ ਸ਼ੋਭਦੇ ਇਹ ਤਾਂ ਹੀ ਕਰਦੇ ਹਾਂ ਨਾਮ ਨਹੀਂ ਜਪਦੇ ਅੰਮ੍ਰਿਤ ਤੋਂ ਦੂਰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਤੋਂ ਕੂਕਣਾ ਗੁਰੂ ਗੁਰੂ ਪਰ ਮੰਨਣਾ ਇੱਕ ਨਾ ਬਚਨ ਸੁਣੋ ਅਗਲਾ ਹੁਣ ਬਚਨ ਨੇ ਸਾਹਿਬਾਂ ਦਾ ਪਿਆਰਿਓ ਇੱਕ ਤੇ ਨਾਮ ਨੇ ਦੁੱਖ ਪਾਪ ਕੱਟਣੇ ਹੁਣ ਉਹ ਨਾਮ ਆਪਣੇ ਘਰੇ ਬੈਠ ਕੇ ਲਈਏ ਕਿ ਜਾਂ ਕਿਸੇ ਮਰਿਆਦਾ ਥਰੂ ਹੋ ਕੇ ਉਹ ਨਾਮ ਲੈਣਾ ਕੈ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਧਰਮ ਤੇ ਕਰਮ ਪੂਰੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦੇ ਜਿਹਨੇ ਪਾਏ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਮਰਦਾਸ ਪਿਤਾ ਤੋਂ ਅਸੀਂ ਸਤਿਗੁਰੂ ਵਾਲੇ ਬਣਾਂਗੇ ਖਾਲਸੇ ਦੀ ਸਿਰਜਣਾ ਦਿਵਸ ਆ ਰਿਹਾ ਗੁਰੂ ਕੇ ਪਿਆਰਿਓ ਅੰਮ੍ਰਿਤ ਸੰਚਾਰ ਕੌਣ ਹੈ ਉਹਦਾ ਮਤਲਬ ਕੀ ਹੈ ਸਤਿਗੁਰਾਂ ਨੇ 1699 ਦੀ ਵਿਸਾਖੀ ਨੂੰ ਮਰਿਆਦਾ ਬਣਾ ਦਿੱਤੀ ਆ ਜੇ ਧਰਮ ਕਰਮ ਜੇ ਸਿੱਖਣੇ ਨੇ ਤੇ ਸਭ ਤੋਂ ਪਹਿਲਾ ਕਰਮ ਆ ਕਰੋ ਅੰਮ੍ਰਿਤ ਧਾਰੀ ਹੋ ਜਾਵੋ ਫਿਰ ਅਸੀਂ ਤੁਸੀਂ ਨਾਮ ਲਵੋਗੇ ਫਿਰ ਉਸ ਨਾਮ ਦੁਆਰਾ ਅਸੀਂ ਤੁਹਾਡੇ ਦੁੱਖ ਪਾਪ ਕੱਟਣੇ ਸ਼ੁਰੂ ਕਰਾਂਗੇ ਕਹਿੰਦੇ ਆਪਣੀ ਮਰਜ਼ੀ ਨਾਲ ਜਿਹੜੇ ਅਸੀਂ ਕਰਮ ਕਰਦੇ ਹਾਂ ਨਾ ਉਹ ਕਰਮ ਹੋਮੇ ਚੋ ਨੇ ਮਰਜ਼ੀ ਚੋ ਨੇ ਇੱਕ ਹੁੰਦਾ ਸਤਿਗੁਰੂ ਦੀ ਆਗਿਆ ਵਿੱਚ ਤੁਰਨਾ ਇੱਕ ਮਰਜ਼ੀ ਨਾਲ ਤੁਰਨਾ ਕੋਈ ਵਾਹਿਗੁਰੂ ਸ਼ਬਦ ਜੇ ਗੁਰੂ ਵਾਲੇ ਬਣਨ ਤੋਂ ਬਗੈਰ ਤਾਂਗੇ ਉਹਦਾ ਪਲ ਛਿੰਨ ਮਾਤਰ ਐਵੇਂ ਛੋੜਾ ਜਿਹਾ ਜਦੋਂ ਗੁਰੂ ਦੀ ਆਗਿਆ ਵਿੱਚ ਤੁਰ ਪੈ ਤੇ ਸਾਹਿਬ ਕਹਿੰਦੇ ਹੋ ਤੂੰ ਜਿੰਨਾ ਜਪ ਸਕਦਾ ਜਪ ਪਰ ਤੇਰੇ ਜਪਣ ਨਾਲ ਪਾਪ ਨਹੀਂ ਧੁੱਪਣੇ ਤੂੰ ਸਾਡੇ ਆਖੇ ਲਾਗਿਆ ਏ ਅਸੀਂ ਤੇਰੇ 'ਤੇ ਦ੍ਰਿਸ਼ਟੀ ਪਾਵਾਂਗੇ ਕਿਉਂਕਿ ਤੂੰ ਸਾਡਾ ਹੋ ਗਿਆ ਏ ਤੇਰੇ ਬੇੜੇ ਪਾਰ ਕਰ ਦਿਆਂਗੇ ਪਿਆਰਿਓ ਅਸੀਂ ਉਹਨਾਂ ਗੱਲਾਂ ਨੂੰ ਹੋਰ ਹੀ ਤਰ੍ਹਾਂ ਲੈ ਲਿਆ ਵੀ ਚਲੋ ਕੁਛ ਜੀ ਅੰਮ੍ਰਿਤ ਛਕ ਲੈਣ ਕੁਛ ਨਾ ਤੁਸੀਂ ਚਾਹੁੰਦੇ ਹੋ ਕੁਛ ਜੀਆਂ ਦਾ ਬੇੜਾ ਡੁੱਬੇ ਅਤੇ ਉਹ ਜੀਆਂ ਦਾ ਤਰ ਜਾਏ ਕਦੇ ਵੀ ਨਹੀਂ ਚਾਹੁੰਦੇ ਇਕੱਲੇ ਇਕੱਲੇ ਜੀ ਦਾ ਬੱਚੀ ਬੱਚਾ ਪਤਨੀ ਮਾਂ ਪਿਓ ਸਭਨਾਂ ਨੂੰ ਕਹਿੰਦੇ ਹੋ ਰੋਟੀ ਮਿਲੇ ਅਤੇ ਰੁਖਾਨੀਅਤ ਵਿੱਚ ਕਹਿੰਦੇ ਹੋ ਵੀ ਚਲੋ ਕੋਈ ਨਹੀਂ ਬੱਚੇ ਨਹੀਂ ਮੰਨਦੇ ਅਤੇ ਨਾ ਸਹੀ ਉਹਨਾਂ ਦੀ ਗੱਲਬਾਤ ਵਿੱਚ ਅਸੀਂ ਵੱਡੇ ਆਪ ਹੀ ਨਹੀਂ ਮੰਨਦੇ ਅਸੀਂ ਆਪ ਹੀ ਢਿੱਲ ਕੇ ਮੱਠੇ ਹਾਂ ਪਿਆਰਿਓ ਸਤਿਗੁਰੂ ਜੀ ਦਾ ਬਚਨ ਦੇ ਕਹਿੰਦੇ ਧਰਮ ਦੇ ਕਰਮ ਸਤਿਗੁਰੂ ਸਿਖਾਏਗਾ ਹੁਣ ਧਰਮ ਦੇ ਕਰਮ ਨੇ ਨਾ ਜਦੋਂ ਰਹਿਤ ਮਰਿਆਦਾ ਕੀ ਇੱਕ ਵੱਖਰੀ ਹੈ ਜੋ ਕੁਝ ਬਾਣੀ ਨੇ ਕਿਹਾ ਗੁਰਬਾਣੀ ਨੇ ਉਹ ਕਲਗੀਆਂ ਵਾਲੇ ਨੇ ਆਪਣੇ ਸ਼ਬਦਾਂ 'ਚ ਪਾ ਕੇ ਕਹਿ ਦਿੱਤਾ ਹੈ ਉਹ ਵੱਖਰਾ ਨਹੀਂ ਉਪਦੇਸ਼ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਪਹਿਲਾਂ ਕਿਹਾ ਪਰਤਰੈ ਰੂਪ ਨਾ ਪੇਖੈ ਨੇਤਰ ਸਾਨੂੰ ਹੁਕਮੇ ਪਰਾਈ ਤੀ ਪੈਰ ਘੁੰਮਣ ਦੀ ਨਿਗਾਹ ਨਾਲ ਚਾਰ ਬਜਰ ਕੁਰੈਤਾ 'ਚ ਕਿਹਾ ਨਹੀਂ ਵੇਖਣਾ ਉਹੀ ਬਚਨ ਨੇ ਸਾਰੇ ਉਹਦਾ ਨਾਂ ਰਹਿਤ ਮਰਿਆਦਾ ਤਾਂ ਕਿ ਥੋੜ੍ਹੇ ਵਿੱਚ ਸਾਨੂੰ ਸਮਝ ਆ ਜਾਵੇ ਤੂੰ ਮਰਜ਼ੀ ਨਾਲ ਨਹੀਂ ਪਾਏ ਗੁਰੂ ਕੀ ਮਰਜ਼ੀ ਨਾਲ ਕੀ ਭਲਾ ਹੁੰਦਾ ਏ ਆਪ ਆਪਣਾ ਕਦਮ ਪੁੱਟਾਂਗੇ ਸਦਾ ਧੋਖਾ ਖਾਵਾਂਗੇ ਜਦੋਂ ਸਾਡਾ ਸਿਰ ਦਾ ਸਾਈ ਨਾਲ ਹੋਵੇ ਉਹ ਕੱਚ ਦੇ ਕੇ ਬਚਾਵੇਗਾ ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾ ਚਹਿ ਸ਼ਬਦ ਸਾਰ ਏਕ ਲਿਵ ਲਾਈ ਹੈ ਲੱਗੇ ਇਹ ਨਾਮ ਜਿਹੜਾ ਹੈ ਨਾ ਧੰਨ ਗੁਰੂ ਰਾਮਦਾਸ ਪਿਤਾ ਜਿਹੜਾ ਸਾਨੂੰ ਦਿੰਦੇ ਨੇ ਧਰਮ ਕਰਮ ਇਹ ਗੁਰੂ ਕਾ ਘਰ ਉਹਨੂੰ ਸਿੱਧ ਲੋਕ ਸਾਧਕ ਲੋਕ ਮੁਨੀ ਜਨ ਇਹ ਮੰਗਦੇ ਨੇ ਵੀ ਉਹ ਦਾਤਾ ਮਿਲਣ ਸਾਨੂੰ ਸਤਿਗੁਰਾਂ ਨੇ ਆ ਸ਼ਬਦ ਦੇ ਕੇ ਵੀ ਸ਼ਬਦ ਗੁਰੂ ਦੇ ਇਹਦਾ ਜਾਪ ਕਰੋ ਉਹਦੇ ਵਿੱਚ ਹੀ ਦਾਤਾਂ ਦੇ ਦਿੱਤੀਆਂ ਹੁਣ ਜਾਣੈ ਕੋ ਤੇਰਾ ਅਪਾਰ
निर्भउ निरंकार अकथ कथन हार तुझे बुझाई है। नल जी नाल ही कहिंदे इह ना समझणा पे सी गुरु रामदास पिता दा अंत पा लिया पे उहनां दे घर इन्ना कोजे कहिंदे फुन दर्च हुंदे फिर तुहाडा कौन अंत पा सकदा अपार हो निरपू निरंकार दा तार तुहाडे विच वरत रिहा जिहड़े वाहिगुरु नूं बयान नहीं कीता जा सकदा उहनूं बयान किवें कहिंदे तुझे बुझाईए तुहाडे अंदर वरतदा तुहानूं पता है कि रब तुहाडे अंदर किवें वरत रिहा है। भरम भूले संसार छुट हो जूनी संघार सतगुरु जी बात ये कहिंदे ओए ऐखो जिहनूं पट सानूं कह रहे नूं साडे वल उपदेश शुरू हो गया वेखो किधरे हो जांदे सतगुरु वल मुख करके किधरे साडे वल किधरे सतगुरु वल किधरे साडे वल कहिंदे ओ भुल्ले संसार दे लोको जे भुलना छड्डो ए अपनी भुल नूं जूना तो छुट जाओगे और किदे तो छुटोगे जे गुरु दे आखे लगोगे। जम को ना डंड काल गुरमत त्याई है गुरु दी मत नूं लै के त्यावोगे ना ते जमा दा डंडा भी नहीं सहना पवेगा ते जमा ने फाइया गल च नहीं पानियां कौन इन्ना प्यार करदा मापे भी नहीं बच्चियां नूं कर सकदे ओ ते आप गलां दी उहनां गलां विच फाइया ने नाम तो बगैर साहिब कहिंदे भट्ट जी कहिंदे जे सतगुरु दा लड़ फड़ोगे सतगुरु जी जूना तो भी छुड़ाणगे जमा दी मार तो भी छुड़ाणगे ते जिहड़े भरम भुलेखिया च पै के भटकदे आ ਉਹ ਵੀ ਕੰਮ ਮੁੱਕੇਗਾ। ਮਨ ਪ੍ਰਾਣੀ ਮੁਗਦ ਵਿਚਾਰ ਅਹਿਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਭੱਟ ਜੀ ਥੋੜਾ ਪਿਆਰ ਵਾਲੀ ਝਿੜਕ ਮਾਰਦੇ ਕਹਿੰਦੇ ਉਹ ਮੂਰਖ ਮੁਗਦ ਪ੍ਰਾਣੀ ਤੂੰ ਐਵੇਂ ਦੁਨੀਆਂ ਦੇ ਆਖੇ ਲੱਗ ਕੇ ਰੰਗ ਤਮਾਸ਼ਿਆਂ ਚ ਫਸ ਗਿਆ ਉਹ ਛੱਡ ਐਹੋ ਜੇ ਸਤਿਗੁਰੂ ਨੂੰ ਦਿਨ ਰਾਤ ਜਪਿਆ ਕਰ ਤੇ ਧਰਮ ਕਰਮ ਪੂਰੇ ਸਤਿਗੁਰੁ ਨੇ ਪਾਇਆ ਤੇ ਤੂੰ ਉਹਨਾਂ ਕੋਲੋਂ ਪਾ ਲੈ ਉਹਨਾਂ ਦੇ ਇੱਕਦਮ ਭੱਜ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਨੇ ਇੱਕ ਜਗ੍ਹਾ ਤੇ ਬਚਨ ਨੇ ਉਹ ਕਹਿੰਦੇ ਸਤਿਗੁਰੂ ਵੱਲ ਹੌਲੀ ਹੌਲੀ ਨਹੀਂ ਆਉਣਾ ਚਾਹੀਦਾ ਕਹਿੰਦੇ ਸਤਿਗੁਰ ਕੀ ਸਰਣੀ ਭੱਜ ਪੋ ਕਹਿੰਦੇ ਭੱਜ ਕੇ ਛੇਤੀ ਨਾਲ ਜਦੋਂ ਹੋਸ਼ ਆਵੇ ਬੱਚੇ ਨੂੰ ਬਸ ਉਦੋਂ ਹੀ ਸਤਿਗੁਰੂ ਵੱਲ ਭਜਾ ਦਿਓ ਭਜਾਉਣ ਦਾ ਮਤਲਬ ਜੋ ਸਤਿਗੁਰੂ ਮਰਿਆਦਾ ਦੱਸਦੇ ਉਹਨੂੰ ਇੱਕਦਮ ਅਪਣਾਉਣ ਲਈ ਖੁਦ ਵੀ ਭੱਜੋ ਬੱਚਿਆਂ ਨੂੰ ਵੀ ਤੋਰੋ। ਹਾਂ ਬਲ ਬਲ ਜਾਉ ਸਾਚੇ ਸਤਿਗੁਰ ਸਾਚੇ ਨਾਮ ਪਰ ਹੁਣ ਭੱਟ ਜੀ ਕਹਿੰਦੇ ਨੇ ਵੀ ਜਦੋਂ ਇਹ ਨਾਮ ਦੀਆਂ ਬਰਕਤਾਂ ਸੁਣੀ ਦੀਆਂ ਨੇ ਗੁਰੂ ਤੇ ਕਰੋ ਤੇ ਉਹਨਾਂ ਨੂੰ ਮਾਣੀਦਾ ਸੁਣਨਾ ਤੇ ਫਿਰ ਮਾਨਣਾ ਜਦੋਂ ਆਪਣੇ ਘਰ ਉਹ ਕਲਾ ਵਰਤ ਦੀ ਪ੍ਰਤੱਖ ਵੇਖੇ ਤੇ ਕਹਿੰਦੇ ਹੁਣ ਇਹ ਨਹੀਂ ਪਤਾ ਲੱਗਦਾ ਤੇਰਾ ਸ਼ੁਕਰ ਕਿਵੇਂ ਕਰਾਂ ਕਹਿੰਦੇ ਹੋਰ ਕੁਛ ਨਹੀਂ ਲੱਭਦਾ ਤੇ ਇਹ ਕਹਿੰਦੇ ਸਤਿਗੁਰੂ ਜੀ ਤੇਰੇ ਸੱਚੇ ਨਾਮ ਤੋਂ ਨਾ ਬਲ ਬਲ ਜਾਂਦੇ ਹਾਂ ਬਲ ਬਲ ਜਿਵੇਂ ਰੋਜ਼ ਪੜ੍ਹਦੇ ਹੋ ਨਾ ਕੁਰਬਾਨ ਜਾਣਾ ਸਾਈਂ ਤੋਂ ਜਾਈਏ ਇੱਕ ਦੋ ਮਿੰਟ ਰਲ ਕੇ ਆਖੋ ਜੇ ਕੋਲ ਕੁਮਾਈ ਲਾਲ ਨਾ ਕੋਲ ਕੁਮਾਈ ਲਾਲ ਨਾ ਹਾਂ ਵਾਰੀ ਵੰਜਾ
ਆਉਂਦੀਆਂ ਨੇ ਜਦੋਂ ਸਤਿਗੁਰੂ ਦੀ ਬਖਸ਼ਿਸ਼ ਦਾ ਸਵਾਦ ਸਿੱਖ ਦੀ ਆਤਮਾ ਨੂੰ ਆਉਂਦਾ, ਉਹ ਆਪਣੇ ਗੁਰੂ ਤੋਂ ਆਪਾਂ ਕੋਲ ਘੁਮਾਉਂਦਾ, ਕੋਲ ਘੁਮਾਉਂਦਾ, ਉਹਨੂੰ ਭੁੱਲ ਜਾਂਦੀ ਦੁਨੀਆ ਉੱਚਾਉਂਦਾ ਏ ਗੁਰੂ ਦੇ ਗੁਣ ਗਾਈ ਜਾਵਾ। ਕਵਨ ਉਪਮਾ ਦਿਓ ਕਵਨ ਸੇਵਾ ਸਰਿਓ, ਕਿਹੜੀ ਉਪਮਾ ਕਰਾਂ ਸਾਹਿਬਾ ਤੇਰੇ ਨਾਮ ਦੀ ਤੇ ਕਿਹੜੀ ਸੇਵਾ ਕਰਾਂ, ਕਿਹਦੇ ਨਾਲ ਪਤਾ ਲੱਗੇ ਵੀ ਤੇਰਾ ਨਾਮ ਕਿਤਨਾ ਬਰਕਤਾਂ ਵਾਲਾ ਹੈ। ਏਕ ਮੁਖ ਰਸਨਾ ਰਸਹੋ ਜੁਗ ਜੋਰ ਕਰ, ਕਹਿੰਦੇ ਦੋ ਨੂੰ ਜੋਰ ਕਰ, ਕਹਿੰਦੇ ਖੱਚ ਨੂੰ, ਕਹਿੰਦੇ ਦੋਵੇ ਖੱਚ ਜੋੜ ਕੇ ਆਪਣੇ ਮੁਖ ਤੋਂ ਰਸਨਾ ਨਾਲ ਬਸ ਜੀ ਕਰਦਾ ਨਾਮ ਪੀ ਵੀ ਜਾਵਾਂ ਗੱਟ ਗੱਟ, ਹੋਰ ਕੋਈ ਸ਼ਬਦ ਸੁੱਝਦਾ ਹੀ ਨਹੀਂ ਕਹਿ। ਹੁਣ ਮਨ ਬਚ ਕ੍ਰਮ ਜਾਨ ਅਨਤ ਦੂਜਾ ਨਾ ਮਾਨ, ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਫੁਨ ਦਰ ਚੁੰਦਾ ਫੇਰ, ਹੇ ਦਾਤਾ ਕੇਵਲ ਤੈਨੂੰ ਤੈਨੂੰ ਪਿਆਰ ਕਰਾਂ, ਅੰਤ ਦੂਜਾ ਨਾ ਮਾਨ, ਕੋਈ ਦੂਜਾ ਮੇਰੇ ਅੰਦਰ ਆਵੇ ਨਾ। ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਤ ਧਰ, ਮੇਰੇ ਗੁਰੂ ਨੇ ਮੇਰੇ ਖਿਰਦੇ ਵਿੱਚ ਇਹੋ ਜਿਹਾ ਨਾਮ ਅਪਾਰ ਧਰ ਦਿੱਤਾ ਏ ਸਾਰ ਸਾਰੀ ਜ਼ਿੰਦਗੀ ਦਾ ਤੱਤ ਸਾਰ, ਬਾ ਜੀ ਕਰਦਾ ਕੋਈ ਰਵੇ ਕੋ ਦੂਜਾ ਅੰਦਰ ਆਵੇ ਨਾ। ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ, ਚੰਦਨਾ ਸੁਬਾਸ ਜਾਸ ਸਿਮਰਤ ਅਨ ਤਰ। ਗਰੀਬ ਨਿਵਾਜ ਪਿਤਾ ਮਹਾਰਾਜ ਜੀ ਦੀ ਨਾ ਸਿਵ ਤੋਂ ਸਲਾਹ ਅੱਗੇ ਤੋਂ ਅੱਗੇ ਕਰੀ ਜਾ ਰਹੇ ਹਨ, ਕਹਿਣ ਲੱਗੇ ਦੇਖੋ ਭਾਈ ਜਿਵੇਂ ਕੱਚ ਤੋਂ ਕੰਚਨ ਬਣਾਵੇ ਇਹ ਸਤਿਗੁਰੂ ਦੇ ਨਾਮ ਨੇ ਬਣਾਇਆ, ਜਿਵੇਂ ਪਾਰਸ ਨੂੰ ਕੋਈ ਧਾਤ ਛੋਹਦੀ ਏ ਤੇ ਉਹ ਸੋਨਾ ਬਣ ਜਾਂਦਾ, ਚੰਦਨ ਦੇ ਸੁਗੰਧੀ ਨਾਲ ਆਮ ਦਰਖਤਾਂ ਵਿੱਚ ਜਿਵੇਂ ਖੁਸ਼ਬੂ ਭਰਦੀ ਏ, ਮੇਰੇ ਸਤਿਗੁਰੂ ਜੀ ਇਸ ਤਰ੍ਹਾਂ ਪਾਰਸ ਦੀ ਤਰ੍ਹਾਂ ਸਾਨੂੰ ਤਾਂਬਿਆਂ ਨੂੰ ਕੀਮਤੀ ਬਣਾਉਂਦੇ, ਚੰਦਨ ਦੀ ਤਰ੍ਹਾਂ ਖੁਦ ਨੇ ਸਾਡੇ ਵਿੱਚ ਖੁਸ਼ਬੂ ਪਾ ਕੇ ਕੀਮਤੀ ਬਣਾਉਂਦੇ ਕਰਨ, ਇਹੋ ਜਿਹੇ ਦਾਤੇ ਨੂੰ ਛੱਡ ਕੇ ਕਿਹਨੂੰ ਹੋਰ ਧਿਆਉਣਾ, ਕਿੱਧਰ ਜਾਣਾ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁਆਰੇ ਪਹੁੰਚਿਆ ਕਾਮ ਕ੍ਰੋਧ ਨਿਵਾਰੇ ਦੂਰ ਹੋ ਜਾਂਦੇ ਕੰਨ। ਹਉ ਬਲ ਬਲ ਜਾਉ ਸਾਚੇ ਸਤਿਗੁਰ ਸਾਚੇ ਨਾਮ ਪਰ, ਤੂੰ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਦੇ ਐਕੋ ਜੇ ਪਿਆਰੇ ਸਤਿਗੁਰੂ ਸੱਚੇ ਜਿਹੜਾ ਸਤਿਗੁਰੂ ਦਾ ਸੱਚਾ ਨਾਮ ਏ ਉਹਦੇ ਤੋਂ ਜੀ ਕਰਦਾ ਬਲ ਬਲ ਜਾਈਏ। ਸਮਾਂ ਹੋ ਗਿਆ ਚੌਥੇ ਸਵੇਕ ਦੇ ਵਿਚਾਰ ਕੱਲ ਕਰਾਂਗੇ, ਆਓ ਪਿਆਰ ਨਾਲ ਸਤਿਗੁਰੂ ਦੀਆਂ ਬਰਕਤਾਂ ਨੂੰ ਸਾਹਮਣੇ ਰੱਖ ਕੇ ਆਖੋ ਤੇ ਸਮਾਪਤੀ ਕਰੀਏ ਜੀ। ਹਉ ਅੰਜਾ ਕੁਰਬਾਨ ਸਾਈ ਆਪਣੇ, ਹਉ ਅੰਜਾ ਕੁਰਬਾਨ ਸਾਈ ਆਪਣੇ, ਸਤਿਗੁਰੂ ਮੇਰ ਕਰਨ ਸਾਡਾ ਨਾਮ ਨਾਲ ਤੇ ਗੁਰੂ ਧਾਰਨ ਕਰਨ ਵੱਲ ਧਿਆਨ ਜਾਵੇ ਤੇ ਪਿਆਰ ਪਵੇ ਜੀ। ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ, ਚੰਦਨਾ ਸੁਬਾਸ ਜਾਸ ਸਿਮਰਤ ਅਨ ਤਰ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ, ਹਉ ਬਲ ਬਲ ਜਾਉ
सतगुर साचे नाम पर वाहिगुरु जी का खालसा वाहिगुरु जी की फतह। वाहिगुरु जी का खालसा वाहिगुरु जी की फतेह। गुरु प्यारे साध सिंह जी आप संतान सुखी बाणी की कथा सर्व करवा रहे सन। सतकार योग ज्ञानी साहब सिंह जी कनेडा वाले भाई साहब जी का बहुत बहुत धन्यवाद। आओ हुण आप संतान कीर्तन द्वारा निहाल करनगे सतकार योग रागी भाई जसविंदर सिंह जी हजूरी रागी गुरद्वारा दुख निवारण साहब।